ਆਏ ਨੇ ਹੁਣ ਇਕੱਠੇ ਹੋ ਗਏ ਨਾ ਇਹ ਸੁਲਾ ਕਰਾ ਦੇ ਮੈਂ ਪਾਗਲ ਹਾਂ ਭਾਈ ਸਾਹਿਬ ਮਾਂ ਪਿਓ ਤਾਂ ਫਿਰ ਲੱਭ ਜਾਂਦਾ ਜਨਾਨੀਆਂ ਕਿੱਥੋਂ ਲੱਭਦੀਆਂ 500 ਬਿਲ ਦਿੰਦਾ ਹਾਂ ਗਾਲਾਂ ਕੱਢਦੇ ਹਾਂ ਹੁਣ ਸਹੁਰੇ ਨੂੰ 200 ਦਿੰਦਾ ਮੂੰਹ ਮੱਥਾ ਚੁੰਦਾ ਅਸਲ ਮਾਂ ਪਿਓ ਸੱਸ ਸਹੁਰੇ ਹੀ ਹੁੰਦਾ ਆਪਣਾ ਮਾਂ ਪਿਓ ਕੀ ਅੱਜ ਮਰ ਜੇ ਭਰ ਕੇ ਦੂਜਾ ਦਿਨ ਜਨਾਨੀਆਂ ਤਾਂ ਨਹੀਂ ਨਾ ਲੱਭਦੀਆਂ ਹੁਣ ਆਉਂਦੇ ਨੇ ਸੁਲਾਹ ਕਰ ਲਾ ਮੈਂ ਕਿਹਾ ਮੇਰਾ ਪਿਓ ਅਤੇ ਮੇਰੀ ਮਾਂ ਮੇਰੀ ਜਨਾਨੀ ਕੋਲ ਮਾਫ਼ੀ ਮੰਗਣ ਮੈਂ ਘਰ ਆ ਜਾਂਦਾ ਮੇਰੀ ਕਾਹਦੀ ਲੜਾਈ ਛੋਟੇ ਭਰਾ ਨੇ ਐਸਾ ਮਾਰਿਆ ਸਰ 3 ਦਿਨ ਹੋ ਗਏ ਮੇਰਾ ਅੰਦਰੋਂ ਦਿਲ ਰੋਂ ਦਿਲ ਨਹੀਂ ਕਰਦੇ ਮੈਂ ਰੋਟੀ ਖਾਂ ਛੋਟੇ ਭਰਾ ਦਾ ਕੀ ਹੱਕ ਬਣਦਾ ਉਹਨੂੰ ਮਾਰਨ ਦਾ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤਾਂ ਫਿਰ ਲੱਭ ਜਾਂਦੇ ਦੋਵੇਂ ਜੀ ਉਦੋਂ ਮਾਫ਼ੀ ਮੰਗਣਗੇ ਤਾਂ ਘਰ ਜਾਣਾ ਹੁਣ ਲੋਕਾਂ ਨੂੰ ਜਾ ਕਹਿੰਦੇ ਸਾਡੀ ਸੁਲਾਹ ਕਰਾਓ ਮੈਂ ਪਾਗਲ ਹਾਂ ਜਨਾਨੀ ਨੂੰ ਮਾਰ ਪਵਾ ਕੇ ਤਾਂ ਹੁਣ ਸੁਲਾਹ ਕਰ ਲਵਾਂ ਭਾਈ ਸਾਹਿਬ ਮੇਰੇ ਵਾਸਤੇ ਸਭ ਕੁਝ ਛੱਡ ਕੇ ਆਈਏ ਮੈਂ ਉਹਨੂੰ ਤਾਂ ਉਹਨੂੰ ਦਲੀਲ ਕਰਵਾਵਾਂ ਉਹ ਕਿਸੇ ਦੀ ਜੰਮੀ ਨਹੀਂ ਹੈ ਮੇਰੀ ਵੱਡੀ ਭੈਣ ਲੜ ਕੇ ਆਈ 8 ਦਿਨ ਤਾਂ ਅੰਮਾ ਮੇਰੀ ਚੁੱਪ ਨਹੀਂ ਸੀ ਕਰਦੀ ਹੁੰਦੀ ਮੇਰੀ ਧੀ ਘਰ ਆ ਗਈ ਉਹ ਕਿਸੇ ਦੀ ਧੀ ਨਹੀਂ ਹੈ ਇਹਨਾਂ ਦੀਆਂ ਬਹੁਤੀਆਂ ਲੱਗਦੀਆਂ ਨੇ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤਾਂ ਹਜ਼ਾਰਾਂ ਲੱਭ ਜਾਂਦੇ ਨੇ ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ ਪੁੱਤਰਾ ਤੇਰੇ ਵੱਡੇ ਵਡੇਰੇ ਨਾਰ ਹੋ ਜਨਾਨੀ ਮਰ ਜਾਏ ਕੋਈ ਜਨਾਨੀ ਆਉਂਦੀ ਹੈ ਮੈਂ ਤੇਰੀ ਜਨਾਨੀ ਚੁੱਪ ਕਰ ਮਾਂ ਪਿਓ ਤਾਂ ਫਿਰ ਲੱਭ ਜਾਂਦਾ ਔਰਤ ਜਿੰਨੇ ਕਦਰ ਨਹੀਂ ਨਾ ਕੀਤੀ ਜ਼ਲੀਲ ਹੀ ਹੋਏ 5 ਲੱਖ ਦੀ ਕਮੇਟੀ ਨਿਕਲੀ 4 ਮਹੀਨੇ ਉਹਨੂੰ ਮਰੀ ਰੱਖਿਆ ਸਾਰੇ ਪੈਸੇ ਮੁੱਕ ਗਏ ਨੇ ਤਾਂ ਘਰ ਆ ਗਏ ਅੱਬਾ ਮੇਰਾ ਗਾਲਾਂ ਕੱਢਣ ਲੱਗ ਪਿਆ ਮੈਂ ਕਿਹਾ ਮੈਂ ਕਮਾਇਆ ਹੰਨਾ ਜਨਾਨੀ ਨੂੰ ਖੁਆਏ ਨੇ ਕੀ ਹੋ ਗਿਆ ਐਵੇਂ ਤਾਂ ਨਹੀਂ ਸਿਆਣੇ ਆਉਂਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਜਨਾਨੀ ਦੀਆਂ ਗਾਲਾਂ ਕਿੱਥੋਂ ਲੱਭਦੀਆਂ ਅੱਬਾ ਮੇਰਾ ਆਉਂਦਾ 12 ਵਜੇ ਸੁੱਤੀ ਪਈ ਉੱਠਦੀ ਤੇਰੀ ਜਨਾਨੀ ਕੰਮ ਕਰਵਾ ਦੇਖੋ ਮੈਂ ਕਿਹਾ ਤੁਹਾਨੂੰ ਕਾਹਦੇ ਲਈ ਰੱਖਿਆ ਜੇ ਮੇਰੀ ਜਨਾਨੀ ਨੇ ਕੰਮ ਕਰਨੇ ਹਾਂਜੀ ਸਾਹਿਬ ਉਹਨੂੰ ਮੈਂ ਪੈਰ ਨਹੀਂ ਥੱਲੇ ਲਾਉਣ ਦਿੰਦਾ ਬੱਚੇ ਆਪ ਸਕੂਲੇ ਛੱਡ ਕੇ ਉਹਨਾਂ ਤਿਆਰ ਕਰਕੇ ਫਰਸ਼ ਧੋਣਾ ਭਾਂਡੇ ਮੈਂ ਧੋਣਾ ਹਾਂਜੀ ਉਹਨੂੰ ਜਿੰਨਾ ਜੇ ਮੈਂ ਘੁੱਟ ਕੇ ਨਾ ਸਮਾਂ ਮੈਨੂੰ ਨੀਂਦਰ ਹੀ ਨਹੀਂ ਪੈਂਦੀ ਹੈ ਮੇਰਾ ਅੰਦਰੋਂ ਦਿਲ 3 ਦਿਨ ਮੈਂ ਰੋਟੀ ਨਹੀਂ ਖਾਧੀ ਹੈ ਮੈਨੂੰ ਪਤਾ ਜਿਵੇਂ ਮੈਂ ਦਿਹਾੜੀਆਂ ਕੱਢੀਆਂ ਝੋਨਾ ਰੋ ਘਰ ਮੈਂ ਕੋਈ ਹੱਲ ਕੱਢਦੇ ਹਾਂ ਹੁਣ ਲੋਕਾਂ ਕੇ ਦਲੀਲ ਕਰ